मजदूर नेता नवदीप कौर की रिहाई की मांग को लेकर रतिया में शहीद भगत सिंह नौजवान सभा व अन्य संगठनों ने शहर में रोष प्रदर्शन कर मुख्यमंत्री का पुतला फूंका और जल्द से जल्द मजदूर नेता नवदीप कौर की रिहाई की मांग की। ਭੈਣ ਨਵਦੀਪ ਕੌਰ ਨੂੰ ਰਿਹਾ ਕਰੋ। ਇੱਕ ਮਜ਼ਦੂਰ ਹੈ ਜਿਹੜੀ ਆਪਸੀ ਮਜ਼ਦੂਰਾਂ ਦੀ ਫੈਕਟਰੀ 'ਚ ਕੰਮ ਕਰਨ ਵਾਲੀ ਮਜ਼ਦੂਰ ਪਰਿਵਾਰ ਦੀ ਇੱਕ ਕੁੜੀ, ਉਹ ਆਪਣੇ ਸਾਥੀਆਂ ਦੇ ਨਾਲ ਜਦੋਂ ਲੋਕਡਾਊਨ ਹੁੰਦਾ ਹੈ ਉਦੋਂ ਪੰਡਲੀ ਦੇ ਵਿੱਚ ਜਿੱਥੇ ਫੈਕਟਰੀ 'ਚ ਕੰਮ ਕਰਦੀ ਹੈ ਉੱਥੇ ਉਹ ਮਜ਼ਦੂਰਾਂ ਦੀਆਂ ਤਨਖਾਹਾਂ ਦੇ ਲਈ ਲੜਾਈ ਕਰਦੀ ਹੈ ਤੇ ਜਦੋਂ ਉਹ ਅੰਦੋਲਨ ਦੇ ਤਹਿਤ ਮਜ਼ਦੂਰਾਂ ਨੂੰ ਤਨਖਾਹਾਂ ਦਿਵਾਉਣ ਦੇ ਵਿੱਚ ਸਫਲ ਹੋ ਜਾਂਦੀ ਹੈ ਤਾਂ ਫੈਕਟਰੀ ਦੇ ਮਾਲਕਾਂ ਨੂੰ ਇਸ ਗੱਲ ਤੇ ਗੁੱਸਾ ਆਉਂਦਾ ਹੈ, ਚਿੜ ਆਉਂਦੀ ਹੈ ਵੀ ਇਹ ਜਿਹੜੇ ਲੋਕ ਨੇ, ਇਹ ਜਿਹੜੇ ਆਗੂ ਨੇ, ਚਾਹੇ ਉਹ ਸ਼ਿਵ ਕੁਮਾਰ ਹੋਵੇ ਚਾਹੇ ਨਵਦੀਪ ਕੌਰ ਕੁੜੀ ਹੋਵੇ, ਇਹਨਾਂ ਨੇ ਮਜ਼ਦੂਰਾਂ ਦੀਆਂ ਤਨਖਾਹਾਂ ਜਿਹੜੀਆਂ ਲੋਕਡਾਊਨ 'ਚ ਫੈਕਟਰੀ ਮਾਲਕ ਨਹੀਂ ਦਿੰਦੇ ਸੀ ਉਹ ਤਨਖਾਹਾਂ ਦਵਾਈਆਂ, ਤੇ ਉਦੋਂ ਤੋਂ ਬਾਅਦ ਜਦੋਂ ਤੋਂ ਕਿਸਾਨ ਅੰਦੋਲਨ ਪੰਡਲੀ ਦੇ ਉੱਤੇ ਚੱਲ ਰਿਹਾ ਹੈ ਉਦੋਂ ਤੋਂ ਆਪਣੇ ਪੂਰੇ ਪਰਿਵਾਰ ਦੇ ਨਾਲ ਉੱਥੇ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੀ ਸੀ। ਪਰ ਜਿਹੜਾ ਸਾਡਾ ਹਰਿਆਣਾ ਪ੍ਰਸ਼ਾਸਨ ਹੈ, ਪੁਲਿਸ ਪ੍ਰਸ਼ਾਸਨ ਹੈ, ਉਹਨਾਂ ਫੈਕਟਰੀ ਮਾਲਕਾਂ ਦੇ ਨਾਲ ਰਲ ਕੇ ਤੇ ਫੈਕਟਰੀ ਮਾਲਕਾਂ ਦੇ ਗੁੰਡਿਆਂ ਨੇ ਕੁੰਡਲੀ ਬਾਰਡਰ ਤੋਂ ਇਸ ਕੁੜੀ ਨੂੰ ਤੇ ਇੱਕ ਮਜ਼ਦੂਰ ਆਗੂ ਨੂੰ ਚੱਕਿਆ 15 ਜਨਵਰੀ ਨੂੰ। ਇਹਨੂੰ ਉੱਥੋਂ ਚੱਕ ਕੇ ਲਿਜਾ ਕੇ ਇਹਦੇ ਤੇ ਸਖ਼ਤ ਧਰਮਾ ਲਾ ਕੇ ਪੁਲਿਸ ਪ੍ਰਸ਼ਾਸਨ ਨੇ